ਕਿੱਦਾਂ ਸਾਰੇ? ਮੇਰਾ ਨਾਮ ਅਰਸ਼ਿਰ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮੇਰਾ ਗੇਮਿੰਗ ਸੈਟਅਪ। ਗੇਮਿੰਗ ਸੈਟਅਪ ਤੁਹਾਨੂੰ ਦਿਖਾ ਸਕਿਆ, ਗੇਮਸ 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 ਤੁਹਾਨੂੰ ਦਿਖਾਉਣ ਜਾ ਰਿਹਾ। ਪਰ ਉਸ ਤੋਂ ਪਹਿਲਾਂ ਸਾਡੇ ਕਮਰੇ ਵਿੱਚ ਬਦਬੂ ਬਹੁਤ ਹੋ ਰਹੀ ਆ, ਇਸ ਲਈ ਥੋੜ੍ਹਾ ਫਰੈਸ਼ ਨਾ ਮਾਹੌਲ ਦਿੱਤੇ ਹੈ। ਮੈਂ ਅੱਖਾਂ ਬੰਦ ਕਰ ਲਓ ਕਿ ਜੇ ਰੂਮ ਫਰੈਸ਼ ਅੱਖਾਂ ਨੇ ਚੱਲ ਗਿਆ ਨਾ, ਅੱਖਾਂ ਇੱਦਾਂ ਹੋ ਜਾਂਦੀਆਂ। ਇਸ ਗਲਤੀ ਨਾਲ ਫੋਨ ਦੇ ਉੱਪਰ ਹੋ ਗਿਆ, ਇਸ ਮੈਨੂੰ ਮੰਮਾ ਮਾਰੂਗੀ ਮੈਨੂੰ ਹੁਣ। ਪਰ ਕੋਈ ਗੱਲ ਨਹੀਂ ਗਾਇਸ, ਫਰੈਸ਼ਨ ਬੰਦ ਕਰਕੇ ਰੱਖ ਦਿੰਦੇ ਹਾਂ ਅਤੇ ਹੁਣ ਮੈਂ ਆਪਣਾ ਤੁਹਾਨੂੰ ਗੇਮਸ ਦਾ ਤਹਿਖਾਨਾ ਦਿਖਾਉਂਦਾ। ਸ਼ਾਇਦ ਦੇਖ ਸਕਦੇ ਹਾਂ ਨਾ, ਤਾਰ ਨੂੰ ਪਰਾਂ ਕਰੋ ਗਾਇਸ। 2 ਮਿੰਟਸ ਦੇ ਵਿੱਚ ਤਾਂ ਹੋ ਨਹੀਂ ਪਾਊਗਾ, 3 ਮਿੰਟਸ ਰੱਖਦੇ ਹਾਂ, ਤੁਸੀਂ ਦੇਖ ਸਕਦੇ ਹਾਂ। ਪਹਿਲਾਂ ਮੈਂ ਸਾਰੇ ਗੇਮਸ ਨਿਕਾਲ ਲੈਂਦਾ। ਗਾਇਸ ਮੈਂ ਪਹਿਲਾਂ ਨਿਕਾਲ ਕੇ ਰੱਖ ਲੈਂਦਾ, ਫਿਰ ਤੁਹਾਨੂੰ ਮਿਲਦੇ ਹਾਂ ਆਹ ਲਾਈਟ ਕਿੱਦਾਂ ਹੋਣੀ। ਤਾਂ ਗਾਇਸ ਤੁਸੀਂ ਦੇਖ ਸਕਦੇ ਹਾਂ ਮੇਰੀ ਗੇਮਸ, ਜਿੱਦਾਂ ਕਿ ਮੈਂ ਕਿਹਾ ਸੀ ਇਹ 2 ਮਿੰਟ ਦੇ ਵਿੱਚ ਬਿਲਕੁਲ ਨਹੀਂ ਹੋਣ ਵਾਲਾ। ਅਤੇ ਮੈਂ ਟੀਅਰ ਵਾਈਜ਼ ਰੱਖੀਆਂ ਹੋਈਆਂ, ਜਿਹੜੀਆਂ ਮੈਨੂੰ ਪਸੰਦ ਆ ਸਭ ਤੋਂ ਘਟੀਆਂ ਨੀਚੇ ਵਾਲੀਆਂ, ਘਟੀਆਂ ਨਹੀਂ ਮਤਲਬ ਕਹਿ ਸਕਦਾ ਮੈਂ, ਮੈਨੂੰ ਵਧੀਆ ਨਹੀਂ ਲੱਗਦੀਆਂ, ਮੇਰੇ ਭਰਾ ਨੂੰ ਵੀ ਵਧੀਆ ਲੱਗੀਆਂ, ਹੋਰ ਕਿਸੇ ਨੂੰ ਲੱਗੀਆਂ ਹੋਈਆਂ। ਮੈਂ ਕਿਸਦੀ ਫੀਲਿੰਗਸ ਨੂੰ ਹਰਟ ਨਹੀਂ ਕਰਨਾ ਚਾਹੂੰਗਾ, ਜਿਹੜੇ ਮੈਨੂੰ ਮੈਨੂੰ ਵਧੀਆ ਨਹੀਂ ਲੱਗੀਆਂ ਉਹ ਸਭ ਤੋਂ ਨੀਚੇ, ਠੀਕ ਠੀਕ ਮਿਡਲ ਦੇ ਵਿੱਚ, ਸਭ ਤੋਂ ਉੱਪਰ ਵਧੀਆ ਵਾਲੀ ਜਿਹੜੀ ਮੈਨੂੰ ਪਸੰਦ ਲੱਗੀ। ਮੇਰੇ ਕੋਲ ਔਨਲਾਈਨ ਵੀ ਬਹੁਤ ਜ਼ਿਆਦਾ ਗੇਮਸ ਆ, ਔਨਲਾਈਨ ਮੇਰੇ ਕੋਲ ਬਹੁਤ ਸਾਰੇ ਗੇਮਸ ਆ, ਪਰ ਉਹ ਦਿਖਾ ਨਹੀਂ ਸਕਦੇ ਕਿ ਡਿਜੀਟਲ ਆ ਉਹ। ਤਾਂ ਗਾਇਸ ਸਭ ਤੋਂ ਨੀਚੇ ਜਿਹੜੀ ਮੈਨੂੰ ਨਹੀਂ ਵਧੀਆ ਲੱਗਦੀ ਡਰਾਈਵ ਕਲੱਬ, ਕਿਉਂਕਿ ਇਹਦੇ ਵਿੱਚ ਮਲਟੀਪਲੇਅਰ ਨਹੀਂ ਹੈਗਾ, ਮੈਂ ਆਪਣਾ ਭਰਾ ਨਾਲ ਨਹੀਂ ਖੇਡ ਸਕਦਾ। ਸਪਾਈਡਰਮੈਨ ਮੈਨੂੰ ਕਦੇ ਵੀ ਨਹੀਂ ਲੱਗੀ, ਮੇਰਾ ਭਰਾ ਕਦੇ ਮੈਨੂੰ ਖੇਡਣ ਨਹੀਂ ਦਿੰਦਾ ਸੀ। ਲਾਸਟ ਆਫ ਅਸ ਸਾਡੇ ਕੋਲ 2 ਸੀ, ਜ਼ੋਂਬੀਜ਼ ਗੇਮ ਆ, ਮੈਨੂੰ ਸਮਝ ਨਹੀਂ ਲੱਗਦੀ, ਡਰਾਵਨੀ ਵੀ ਆ। ਮਿਡਲ ਦੇ ਵਿੱਚ ਆਉਂਦੀਆਂ ਜਿਹੜੀਆਂ ਹੈਗੀਆਂ ਮੈਨੂੰ ਥੋੜ੍ਹੀਆਂ ਵਧੀਆ ਲੱਗਦੀਆਂ, ਕਾਲ ਡਿਊਟੀਜ਼ ਜਗ੍ਹਾ ਨਹੀਂ ਸੀਗੀ ਮੈਨੂੰ ਵਧੀਆ ਨਹੀਂ ਲੱਗਦੀਆਂ, ਪਰ ਫਿਰ ਵੀ ਇਹ ਥੋੜ੍ਹੀ ਜਿਹੀ ਠੀਕ ਆ। ਫਿਰ ਵੀ ਅਨਚਾਰਟਡ ਬੈਸਟ, ਪਰ ਇੰਨੀ ਵੀ ਨਹੀ� ਵਧੀਆ। ਡੈਟਰੋਇਟ ਬਿਕਮ ਹਿਊਮਨ ਮੈਂ ਹੁਣੀ ਹੁਣੀ ਖੇਡੀ ਆ, ਇਹ ਮੇਰੇ ਓਪੀਨੀਅਨ ਆ, ਦੇਖ ਲਓ ਗਾਇਸ ਮੇਰੇ ਓਪੀਨੀਅਨ ਆ, ਮੈਨੂੰ ਜਿਹੜੀ ਵਧੀਆ ਲੱਗਦੀ ਹੈ ਨਹੀਂ ਲੱਗਦੀ। ਤੁਸੀਂ ਹੁਣ ਮੈਨੂੰ ਗਾਣਾ ਨਾਲ ਸੁਣਾ ਦਿਓ, ਤਾਂ ਅੱਗੇ ਆਉਂਦੀ ਹੈ। ਸਭ ਤੋਂ ਮੇਰੀ ਫੇਵਰੇਟ ਹੈਗੀ ਆ ਵਾਚ ਡੋਗਸ, ਉਸ ਤੋਂ ਫੇਵਰੇਟ ਫਾਰ ਕ੍ਰਾਈ, ਗ੍ਰੈਂਡ ਟੂਰਿਜ਼ਮਾ, ਡੋਲੀ, ਪਰ ਜਿਹੜੀ ਸਭ ਤੋਂ ਫੇਵਰੇਟ ਆ ਉਹ ਆ ਤੁਸੀਂ ਦੇਖ ਸਕਦੇ ਹੋ। ਗੋਸ਼ਟ ਰਕੂਨ ਮੇਰੀ ਨਹੀਂ, ਮੈਟਲ ਗੇਅਰ ਮੇਰੀ ਸਭ ਤੋਂ ਵਧੀਆ ਲੱਗਦੀ ਹੈ ਮੈਨੂੰ, ਸਨੇਕ। ਬਸ ਯਾਰ ਫਾਈਟਿੰਗ ਵਾਲੀ ਗੇਮਸ ਮੈਨੂੰ ਵਧੀਆ ਲੱਗਦੀਆਂ। ਸੈਕਿੰਡ ਨੰਬਰ 'ਤੇ ਆ ਆਉਂਦੀ ਆ, 3rd ਨੰਬਰ 'ਤੇ ਹੋਰਾਈਜ਼ਨ। ਤਾਂ ਗਾਇਸ 3 ਮਿੰਟ ਹੋ ਚੁੱਕੇ ਆ, ਮੈਂ ਚੈਲੇਂਜ ਆ ਚੁੱਕੇ ਹਾਂ, ਬਸ ਫਿਰ ਹੋਰ ਕੀ ਅੱਜ ਲਈ ਬਸ ਇੰਨਾ ਹੀ, ਆ ਜਾ ਕਰਤੇ ਫਿਰ ਮਿਲੇਂਗੇ, ਗੁੱਡ ਬਾਏ।